ਬੱਚਿਆਂ ਦਾ ਮਨ ਬਹੁਤ ਕੋਮਲ ਹੁੰਦਾ ਹੈ ਅਤੇ ਬਹੁਤ ਐਕਸਪੈਰੀਮੈਂਟ ਕਰਨ ਦੀ ਕੋਸ਼ਿਸ਼ ਕਰਦਾ ਹੈ ਅਤੇ ਉਹ ਹਰ ਚੀਜ਼ ਵੱਲ ਝੁਕਦੇ ਨੇ ਜਿਹੜੀ ਉਹਨਾਂ ਨੂੰ ਅਟਰੈਕਟ ਕਰਦੀ ਹੈ ਅਤੇ ਮਾਪਿਆਂ ਵੱਲੋਂ ਉਹ ਬਹੁਤ ਛੇਤੀ ਦੂਰ ਹੁੰਦੇ ਚਲੇ ਜਾਂਦੇ ਨੇ ਜਿਵੇਂ ਹੀ ਉਹ ਸਕੂਲ ਲਾਈਫ ਆਪਣੀ ਸ਼ੁਰੂ ਕਰਦੇ ਨੇ। ਅਤੇ ਦੇਖੋ ਫਿਰ ਮੈਂ ਇੱਕ ਤੁਹਾਨੂੰ ਸਟੋਰੀ ਸੁਣਾਉਂਦਾ ਹੈ, ਇੱਕ ਬੱਚੇ ਦੀ, ਇੱਕ ਬੇਟੇ ਦੀ ਸਟੋਰੀ ਸੁਣਾਉਂਦਾ। ਅੱਜ ਮੈਰਿਡ ਆ, ਉਹ ਅਮੈਰੀਕਾ ਦੇ ਵਿੱਚ ਰਹਿੰਦਾ ਹੈ। ਗ੍ਰੀਡੀਨੈਸ ਦੇਖੋ, ਲਾਲਚਪਣਾ ਦੇਖੋ, ਉਹ ਪੈਸੇ ਕਮਾਉਣ ਦੇ ਲਈ ਹੈਲਥ ਕੇਅਰ ਸੈਂਟਰ 'ਚ ਜੋਬ ਕਰਦਾ, ਵਾਹ ਵਾਹ ਚੰਗੇ ਡਾਲਰ ਕਮਾਉਂਦਾ, ਪਰ ਉਹਦੀ ਆਪਣੀ ਮਾਂ ਪੰਜਾਬ ਦੇ ਵਿੱਚ ਅੰਨੀ ਹੋ ਚੁੱਕੀ ਹੈ, ਨਿਗਾਹ ਨਹੀਂ ਹੈਗੀ ਉਹਦੀ, ਅਤੇ ਉਹ ਨੌਕਰ ਦੇ ਵੱਸ ਪਈ ਹੋਈ ਹੈ। ਉਹਨੂੰ ਰੋਟੀ ਦੇ ਦੂ ਖਾ ਲੂ, ਉਹਨੂੰ ਕੱਪੜੇ ਦੇ ਦੂ ਚੇਂਜ ਕਰ ਲੂ, ਉਹਦੇ ਜਿੰਨੀ ਲੁੱਕ ਆਫਟਰ ਹੋ ਸਕਦੀ ਹੈ ਉਹ ਕਰ ਦਿੰਦੀ ਹੈ ਨੌਕਰਾਣੀ ਉਹਦੇ ਵਾਸਤੇ। ਅਤੇ ਆਪ ਉਹਦਾ ਪੁੱਤ ਆਪਦੇ ਬੱਚਿਆਂ ਦੇ ਨਾਲ ਅਮੈਰੀਕਾ ਦੇ ਵਿੱਚ ਸੈਟਲਡ ਹੈ ਅਤੇ ਬਹੁਤ ਚੰਗੇ ਡਾਲਰ ਕਮਾ ਰਿਹਾ ਅਤੇ 4-5 ਹਜ਼ਾਰ ਰੁਪਇਆ ਉਹਨੂੰ ਇੰਡੀਆ ਭੇਜ ਦਿੰਦਾ ਉਹਦੇ ਨੌਕਰਾਣੀ ਨੂੰ, ਵੀ ਤੂੰ ਮੇਰੀ ਮਾਂ ਦੀ ਲੁੱਕ ਆਫਟਰ ਕਰਦੀ ਹੈ। ਅਤੇ ਜਦੋਂ ਬੱਚਾ ਪੈਦਾ ਹੋਇਆ ਹੋਣਾ ਅਤੇ ਉਹਨੇ ਸੋਚਿਆ ਹੋਣਾ ਵੀ ਮੈਂ 30-40 ਸਾਲ ਬਾਅਦ ਮੇਰੇ ਨਾਲ ਕੀ ਹੋਣੀਆਂ ਨੇ, ਵੀ ਇਹ ਉਹੀ ਮੁੰਡਾ ਮੇਰਾ ਜਿਹੜਾ ਮੈਨੂੰ ਛੱਡ ਕੇ ਚਲਾ ਜਾਊਗਾ ਅਤੇ ਮੈਂ ਨੌਕਰਾਣੀ ਦੇ ਵੱਸ ਪੈ ਕੇ ਆਪਦੀ ਜ਼ਿੰਦਗੀ ਬਤੀਤ ਕਰਾਂਗੀ, ਨਾ ਉਹਦੇ ਕੋਲ ਉਹਦੀ ਪੋਤੀ, ਨਾ ਪੋਤਾ, ਨਾ ਨੂੰਹ, ਨਾ ਮੁੰਡਾ, ਪੈਸਾ ਬੇਹਿਸਾਬ ਦਿਖਦਾ ਉਹਨੂੰ ਅੱਖਾਂ ਤੋਂ ਹੈ ਨਹੀਂ, ਆਪਣੇ ਆਪ ਉਹ ਕੋਈ ਕੰਮ ਕਰ ਨਹੀਂ ਸਕਦੀ। ਅਤੇ ਫਿਰ ਇੱਦਾਂ ਦੀ ਪਰਵਰਿਸ਼ ਅਤੇ ਇੱਦਾਂ ਦੀ ਸੋਚ ਲੈ ਕੇ ਜਿਹੜੇ ਬੱਚੇ ਨੇ ਜਾਂ ਜਿਹੜੀ ਆਪਣੀ ਜ਼ਿੰਦਗੀ ਚਲਾ ਰਹੇ ਨੇ ਅਤੇ ਉਹ ਕੀ ਸਮਝਦੇ ਨੇ ਆਪਣੇ ਆਪ ਨੂੰ, ਵੀ ਅਸੀਂ ਬਹੁਤ ਵਧੀਆ ਕੰਮ ਕਰ ਰਹੇ ਹਾਂ, ਬਗਾਨਿਆਂ ਦੇ ਮਾਪਿਆਂ ਦੀ ਸੇਵਾ ਹੋ ਰਹੀ ਹੈ, ਆਪਣੇ ਮਾਪੇ ਦੀ ਲੁੱਕ ਆਫਟਰ ਨਹੀਂ ਕਰ ਰਹੀ ਜਾ ਰਹੀ, ਅਤੇ ਕਿੱਦਾਂ ਅਸੀਂ ਇਹਨੂੰ ਕਹਿ ਦਾਂਗੇ ਜਾਇਜ਼ ਹੈ ਕੁਦਰਤ ਦੀ ਨਿਗਾਹ ਦੇ ਵਿੱਚ। ਉੱਥੇ ਤਾਂ ਚੰਗੇ ਲੱਗਦੇ ਆ ਬਗਾਨਿਆਂ ਦੇ ਮਾਪੇ ਕਿਉਂਕਿ ਉੱਥੇ ਡਾਲਰ ਮਿਲਣੇ ਨੇ, ਆਪਣੀ ਮਾਂ ਦੀ ਫ੍ਰੀ ਸੇਵਾ ਕਰਨੀ ਉਹਨੂੰ ਫ੍ਰੀ ਲੱਗਦੀ ਹੈ ਇਹ।